ਯੂਕੇ ਯੂਐਸ ਰਸ਼ੀਆ ਤੇ ਯੂਕਰੇਨ ਦੇ ਬਾਬਤ ਜਿਹੜੀ ਹੈਗੀ ਆ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਆਪਣੇ ਹੀ ਮੁਲਕ ਦੇ ਪ੍ਰੈਜ਼ੀਡੈਂਟ ਪੁਟਰਨ ਨੂੰ ਇਹ ਕਿਹਾ ਹੈ ਕਿ ਡਿਪਲੋਮੈਟਿਕ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਆ ਕਿਉਂਕਿ ਇਸ ਵੇਲੇ ਸਿਚੁਏਸ਼ਨ ਹੈ ਟਿਕਿੰਗ ਪੁਆਇੰਟ ਤੇ ਪਹੁੰਚੀ ਆ ਕਿਹੜੇ ਵੇਲੇ ਵੀ ਜਿਹੜਾ ਆ ਲੜਾਈ ਛਿੜ ਸਕਦੀ ਹੈਗੀ ਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੂਲੀਵਨ ਨੇ ਅੱਜ ਬਰੀਫ ਕੀਤਾ ਹੈਗਾ ਹਾਊਸ ਦੇ ਲਾ ਮੇਕਰਸ ਨੂੰ ਫੋਨ ਦੇ ਰਾਹੀਂ ਕਿਹੜੀ ਸਿਚੁਏਸ਼ਨ ਪੇ ਯੂਕਰੇਨ ਚ ਕੀ ਕੁਝ ਚੱਲ ਰਿਹਾ ਹੈਗਾ ਜਰਮਨ ਦੀ ਮਿਲਟਰੀ ਦਾ ਇੱਕ ਪਲੇਨ 70 ਦੇ ਕਰੀਬ ਫੌਜੀਆ ਨੂੰ ਲੈ ਕੇ ਲਿਥੁਆਨੀਆ ਦੇ ਵਿੱਚ ਪਹੁੰਚ ਗਿਆ ਹੈਗਾ ਨੈਟੋ ਦੇ ਡਿਫੈਂਸ ਦੇ ਮਾਬਤ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲਿੰਸਕੀ ਦੀ ਗੱਲਬਾਤ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਨਾਲ ਵੀਕਐਂਡ ਦੇ ਦੌਰਾਨ ਹੋਈ ਜਿਹਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਿਹਾ ਪੇ ਅਮਰੀਕਾ ਸਵਿਫਟਲੀ ਤੇ ਡਿਸੀਜ਼ਬਲੀ ਪੂਰੇ ਠੋਕ ਕੇ ਤੁਹਾਡੇ ਨਾਲ ਕਰੂਗਾ ਜੇ ਇਨ ਕੇਸ ਰਸ਼ੀਆ ਵਾਲੇ ਅਟੈਕ ਕਰਦੇ ਹੈਗੇ ਆ ਤੇ ਜਰਮਨ ਨੇ ਵੀ ਰਸ਼ੀਆ ਨੂੰ ਥ੍ਰੈਟ ਕਰਤੀ ਆ ਵੀ ਜੇ ਤੁਸੀਂ ਯੂਕਰੇਨ ਤੇ ਅਟੈਕ ਕੀਤਾ ਤੇ ਤੁਹਾਡੀ ਜਿਹੜੀ ਨੋਰਡ ਸਟ੍ਰੀਮ 2 ਪਾਈਪਲਾਈਨ ਵਾਲਾ ਪ੍ਰੋਜੈਕਟ ਆ ਉਹ ਇੱਕ ਤਰ੍ਹਾਂ ਦੇ ਨਾਲ ਖਤਮ ਹੀ ਸਮਝੋ ਯੂਐਸ ਨੇ ਸਾਰਾ ਸਟਾਫ ਆਪਣਾ ਉਥੋਂ ਬੁਲਾ ਰਿਹਾ ਸਿਰਫ 22 ਲੋਕ ਯੂਐਸ ਅੰਬੈਸੀ ਦੇ ਇਸ ਟਾਈਮ ਰਹਿ ਗਏ ਆ ਯੂਕਰੇਨ ਦੇ ਵਿੱਚ ਬਾਕੀ ਵੀ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਸਾਰੇ ਜਾਣੇ ਯੂਕਰੇਨ ਤੋਂ ਬਾਹਰ ਨਿਕਲ ਜਾਓ ਉਧਰ ਯੂਕਰੇਨ ਦੇ ਵਿੱਚ ਹਰ ਇੱਕ ਬੰਦਾ ਪੂਰੀ ਤਰ੍ਹਾਂ ਦੇ ਨਾਲ ਲੜਾਈ ਦੀ ਤਿਆਰੀ ਕਰ ਰਿਹਾ ਇੱਕ ਪਿਕਚਰ ਬਹੁਤ ਵਾਇਰਲ ਹੋ ਰਹੀ ਆ 79 ਸਾਲਾਂ ਦੀ ਇੱਕ ਬਜ਼ੁਰਗ ਬੀਬੀ ਜਿਹੜੀ ਆ ਉਹ ਟ੍ਰੇਨਿੰਗ ਲੈ ਰਹੀ ਆ AK47 ਆਪੇ ਜੇ ਇਨਕੇਸ ਰਸ਼ੀਆਲੇ ਅਟੈਕ ਕਰਦੇ ਆ ਤੇ ਕਿਸ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਫਾਈਟ ਕਰਨਾ ਹੈਗਾ ਜੀ ਬਿਲਕੁਲ ਸੋ ਦਬਾਅ ਜਿਹੜਾ ਪੋਟਨ ਦੇ ਉੱਤੇ ਚੋਂ ਸਵੇਰਿਓਂ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਕਹਿੰਦੇ ਪੋਟਨ ਦੇ ਲਈ ਉਹਦਾ ਸੌਖਾ ਆ ਜੇ ਉਹ ਸਕਿੰਟਾਂ ਦੇ ਵਿੱਚ ਮਨ ਬਦਲਦਾ ਆ ਤਾਂ ਸਟੇਟ ਮੀਡੀਆ ਉਹਦਾ ਆ ਸਾਰਾ ਕੁਝ ਉਹਦਾ ਆ ਲੋਕਾਂ ਦੇ ਵਿੱਚ ਜਿਹੜਾ ਵੀ ਮੈਸੇਜ ਉਹ ਦੇਣਾ ਚਾਹੁੰਦਾ ਆ ਉਹ ਦੇ ਕੇ ਉਥੋਂ ਵਾਪਸ ਜਿਹੜਾ ਉਹ ਨਿਕਲ ਸਕਦਾ ਹੈਗਾ ਆ ਉਧਰ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਆ ਯੂਕਰੇਨ ਦੇ ਲਈ ਵੀ ਇੱਕ ਸਮੱਸਿਆ ਜਿਹੜੀ ਉਹਨਾਂ ਦੀ ਇਹ ਖੜ ਗਈ ਵੀ ਉਹਨਾਂ ਦੀ ਜਿਹੜੀ ਆਪਣੀ ਕਰੰਸੀ ਹੈਗੀ ਆ ਉਹ ਲਗਾਤਾਰ ਗਿਰਾਵਟ ਵੱਲ ਨੂੰ ਜਿਹੜੀ ਉਹ ਗਈ ਆ ਸੋ ਇਸ ਪੂਰੇ ਮੌਕੇ ਦੇ ਵਿੱਚ ਯੂਕਰੇਨ ਨੂੰ ਆਰਥਿਕ ਤੌਰ ਦੇ ਉੱਤੇ ਵੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਕਰਨਾ ਆ ਪਿਆ ਹੈਗਾ ਸੋ ਕਹਿੰਦੇ ਵੀ ਉਸ ਦੀ ਲੈਵਲ ਨੂੰ ਸਥਿਰ ਰੱਖਣ ਦੇ ਲਈ ਬਰਾਬਰ ਜਿਹੜਾ ਉਹ ਰੱਖਣ ਦੇ ਲਈ ਉਹਨਾਂ ਨੂੰ ਮਿਲੀਅਨਸ ਆਫ ਜਿਹੜੀ ਉਹਨਾਂ ਦੀ ਆਪਣੀ ਕਰੰਸੀ ਹੈ ਯੂਕਰੇਨ ਦੀ ਹਰਵੀਨੀਆ ਉਸ ਦੇ ਉੱਤੇ ਜਿਹੜਾ ਉਹਨਾਂ ਨੂੰ ਖਰਚਾ ਕਰਨਾ ਪਿਆ ਹੈਗਾ ਆ ਜਿਹੜਾ ਜ਼ੇਲੈਂਸਕੀ ਹੈ ਉੱਥੋਂ ਦਾ ਰਾਸ਼ਟਰਪਤੀ ਉਹ ਚਾਹੁੰਦਾ ਹੈ ਵੀ ਕੋਈ ਨਾ ਕੋਈ ਕੂਟਨੀਤਿਕ ਹੱਲ ਹੀ ਜਿਹੜਾ ਆ ਇਸ ਦਾ ਬਣੇ ਸੋ ਹਾਲ ਦੀ ਖੜੀ ਤਣਾਅਪੂਰਨ ਸਥਿਤੀ ਜਿਹੜੀ ਆ ਉਹ ਪੂਰੀ ਤਰ੍ਹਾਂ ਆ ਬਣੀ ਪਈ ਹੈਗੀ ਆ ਪਤਾ ਨਹੀਂ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਆ ਇੱਕ ਜਿਹੜਾ ਲਗਾਤਾਰ ਅਮਰੀਕਾ ਦੇ ਦੁਆਰਾ ਇਹ ਕਿਹਾ ਜਾਣਾ ਬਾਰ ਬਾਰ ਕਿਹਾ ਜਾ ਰਿਹਾ ਹੈਗਾ ਆ ਵੀ ਪੁਤਿਨ ਕਿਸੇ ਵੀ ਟਾਈਮ ਹਮਲਾ ਜਿਹੜਾ ਉਹ ਕਰ ਸਕਦਾ ਹੈਗਾ ਆ ਕਿਨ ਵੀ ਉਸ ਦੇ ਨਾਲ ਵੀ ਜਿਹੜਾ ਪ੍ਰੈਸ਼ਰ ਆ ਪੁਤਿਨ ਦੇ ਉੱਤੇ ਪਿਆ ਆ ਚਾਹੇ ਉਹਨੇ ਹਮਲਾ ਕਰਨਾ ਹੈ ਜਾਂ ਨਹੀਂ ਕਰਨਾ ਪਰ ਉਹ ਇੱਕ ਇੱਕ ਹਿਸਾਬ ਦੇ ਨਾਲ ਇਹਨਾਂ ਦੇ ਵਿਰੋਧ ਦੇ ਲਈ ਜਾਂ ਇਹਨਾਂ ਦਾ ਸਾਹਮਣਾ ਕਰਨ ਦੇ ਲਈ ਆਪਣੇ ਨਾਲ ਐਲਾਈਜ਼ ਆ ਉਹਨਾਂ ਨੂੰ ਕਠਿਆਨ ਕਰਨ ਦੇ ਵਿੱਚ ਕਾਮਯਾਬ ਜਿਹੜੇ ਉਹ ਹੋ ਰਹੇ ਹੈਗੇ ਆ ਸੋ ਜਿਹੜਾ ਯੂਕਰੇਨ ਦਾ ਰਾਸ਼ਪਤੀ ਆ ਅਮਰੀਕਾ ਦੇ ਇਹ ਬਾਰ-ਬਾਰ ਇਸ ਤਰੀਕੇ ਦੇ ਨਾਲ ਦਿੱਤੇ ਜਾ ਰਹੇ ਬਿਆਨਾਂ ਦੀ ਉਹ ਤਾਂ ਖੁਦ ਨਿਖੇਦੀ ਜਿਹੜੀ ਉਹ ਕਰ ਰਿਹਾ ਆ ਉਸ ਨੂੰ ਬੈਡ ਕਹਿ ਰਿਹਾ ਕਹਿੰਦਾ ਵੀ ਨਹੀਂ ਡਿਪਲੋਮੈਟਿਕ ਕਰੋ ਵੀ ਸਾਨੂੰ ਹਿੰਸਾ ਜਿਹੜੀ ਉਹ ਨਹੀਂ ਚਾਹੀਦੀ ਹੈਗੀ ਪਰ ਅਮਰੀਕਾ ਇਸ ਪੱਖੋਂ ਸੋਚ ਕੇ ਇੰਨਾ ਬਾਰ-ਬਾਰ ਕਹਿ ਰਿਹਾ ਆ ਵੀ ਭਾਈ ਕੱਲ ਨੂੰ ਹਮਲਾ ਹੋਇਆ ਤਾਂ ਚਾਰ ਜਾਣੇ ਵੀ ਜਿਹੜੇ ਉਸ ਦੇ ਉਲਟ ਜਿਹੜੇ ਉਹ ਖੜ ਜਿਹੜੇ ਉਹ ਜਾਣ ਸੋ ਇਸ ਟਾਈਮ ਵੱਡਾ ਤਣਾਅਪੂਰਨ ਸਥਿਤੀ ਜਿਹੜੀ ਉਹ ਬਣੀ ਹੈਗੀ ਆ ਤੇ ਹੁਣ ਤਾਂ ਉਹਨਾਂ ਦੇ ਆਪਣੀ ਜਿਹੜੇ ਫੋਰਨ ਮਨਿਸਟਰ ਆ ਉਹਨਾਂ ਨੇ ਵੀ ਪੁਤਿਨ ਨੂੰ ਕਿਹਾ ਵੀ ਭਾਈ ਡਿਪਲੋਮੈਟਿਕ ਰਾਹ ਜਿਹੜਾ ਉਹ ਬੰਦ ਨਹੀਂ ਕਰਨਾ ਚਾਹੀਦਾ ਕਈ ਵਾਰੀ ਹਰਜੋਤ ਸਿੰਘ ਜੀ ਇਦਾਂ ਵੀ ਹੋ ਜਾਂਦਾ ਵੀ ਬੰਦਾ ਹੰਕਾਰ ਦੇ ਵਿੱਚ ਈਗੋ ਦੇ ਵਿੱਚ ਜਾਂ ਅੜੀਅਲ ਰਵਈਏ ਕਰਕੇ ਜਿਹੜਾ ਉਹ ਆਪਣੀ ਹੀ ਜਿਹੜੀ ਫਸਾਏ ਹੋਏ ਜਾਲ ਦੇ ਵਿੱਚ ਖੁਦ ਫਸ ਜਾਂਦਾ ਕਿਤੇ ਪੁਤਿਨ ਦੇ ਨਾਲ ਬਾਦ ਦੇ ਵਿੱਚ ਇਹ ਨਾ ਹੋਵੇ ਬੀਤੇ ਦਿਨਾਂ ਚ ਹਰਜੋਤ ਸਿੰਘ ਜੀ ਬਿਆਨ ਉਹਦਾ ਇੱਕ ਬੜਾ ਜ਼ਬਰਦਸਤ ਆਇਆ ਸੀ ਜਿਹੜਾ ਡਰਾਉਂਦਾ ਵੀ ਆ ਇੱਕ ਇੰਟਰਵਿਊ ਦੇ ਦੌਰਾਨ ਪੁਤਿਨ ਨੂੰ ਪੁਤਿਨ ਨੂੰ ਜਦ ਪੁੱਛਿਆ ਗਿਆ ਸੀ ਨਿਊਕਲੀਅਰ ਦੇ ਬਾਰੇ ਕਹਿੰਦੇ ਵੀ ਜੇ ਕਿਤੇ ਸਾਡੇ ਉੱਤੇ ਕੋਈ ਹਮਲਾ ਕਰਦਾ ਹੈ ਪਹਿਲਾਂ ਕੋਈ ਮਿਜ਼ਾਈਲ ਛੱਡਦਾ ਹੈ ਜਾਂ ਖੁਸ਼ ਕਰਦਾ ਹੈ ਫਿਰ ਸਾਨੂੰ ਨਿਊਕਲੀਅਰ ਹਮਲਾ ਕਰਨ ਦਾ ਪੂਰਾ ਅਧਿਕਾਰ ਹੈਗਾ ਆ ਕਹਿੰਦੇ ਵੀ ਅਸੀਂ ਰੂਸ ਨੂੰ ਪਿਆਰ ਕਰਨ ਵਾਲੇ ਆ ਰੂਸ ਦੇ ਵਿੱਚ ਹੀ ਜਿਹੜਾ ਅਸੀਂ ਰਹਿਣਾ ਆ ਤੇ ਅਸੀਂ ਅਜਿਹੀ ਦੁਨੀਆ ਤੋਂ ਕੀ ਲੈਣਾ ਜਿਸ ਵਿੱਚ ਰੂਸ ਨਾ ਹੋਵੇ ਸੋ ਅਗਲੇ ਨੇ ਦੇਖੋ ਵੀ ਪੂਰਨ ਤੌਰ ਦੇ ਉੱਤੇ ਜਿਹੜੀ ਚੇਤਾਵਨੀ ਦਿੱਤੀ ਆ ਵੀ ਜੇ ਤੁਸੀਂ ਰੂਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਤੇ ਦੁਨੀਆ ਨੂੰ ਵੀ ਨਾਲ ਲੈ ਬੈਣਾ ਆ ਸੋ ਇਹ ਇਹ ਬਹੁਤੀ ਫੂਕ ਫੂਕ ਕੇ ਰੱਖਣ ਵਾਲੇ ਜਿਹੜੇ ਕਦਮ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹ ਰੱਖਣੇ ਪੈਣੇ ਆ ਸੋ ਸਥਿਤੀ ਕਾਫੀ ਡਾਵਾ ਡੋਲ ਅਚਾਨਕ ਬਣ ਜਾਂਦੀ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿੰਨਾਂ ਦੇ ਹਥਿਆਰ ਆ ਹਰਜੋਤ ਸਿੰਘ ਜੀ ਪਲ ਦੇ ਵਿੱਚ ਹੀ ਜਿਹੜਾ ਆ ਉਹ ਪਾਸਾ ਪਲਟ ਸਕਦਾ ਇਸੇ ਤਰ੍ਹਾਂ ਯੂਕਰੇਨ ਦੇ ਇੱਕ ਪਾਰਲੀਮੈਂਟ ਮੈਂਬਰ ਯੂਰਾਸ਼ ਉਹਨਾਂ ਨੇ ਇਹ ਕਿਹਾ ਆ ਕਿ ਜੇ ਰਸ਼ੀਆ ਯੂਕਰੇਨ ਦੇ ਵਿੱਚ ਐਂਟਰ ਹੁੰਦਾ ਤੇ ਉੱਥੇ ਮਾਰਸ਼ਲ ਆ ਗਰੰਟਡ ਆ ਸੋ ਉਸ ਮੁਲਕ ਦੇ ਵਿੱਚ ਯੂਐਸ ਦੇ ਆਫੀਸ਼ੀਅਲਸ ਨੇ ਹੁਣ ਅਪਡੇਟ ਜਿਹੜੀ ਕੀਤੀ ਆ ਉਹਦੇ ਮੁਤਾਬਕ ਰਸ਼ੀਆ ਦੇ ਮਿਲਟਰੀ ਫੋਰਸਸ ਬਾਰਡਰ ਦੇ ਉੱਤੇ ਯੂਕਰੇਨ ਤੇ 1 ਲੱਖ ਤੋਂ ਵੱਧ ਕੇ 130000 ਹੋਗਾ ਹੈਗੇ ਹਾਂ ਜੀ ਤੁਸੀਂ ਦੇਖੋ ਇਹਨਾਂ ਨੇ ਬੀਤੇ ਦਿਨਾਂ 'ਚ ਬੈਲਾਰੂਸ ਦੇ ਵਿੱਚ ਹਰਜੋਤ ਸਿੰਘ ਜੀ ਵੱਡਾ ਜਿਹੜਾ ਹੈ ਆ ਫੌਜੀ ਅਭਿਆਸ ਵੀ ਜਿਹੜਾ ਉਹ ਕੀਤਾ ਆ ਆ ਸੋ ਇੱਕ ਵਾਰੀ ਫੇਰ ਦੁਨੀਆ ਦੇ ਉੱਤੇ ਵਰਲਡ ਵਾਰ ਦੀ ਜਿਹੜੀ ਤਲਵਾਰ ਆ ਜਿੱਦਾਂ ਉਹ ਲਟਕ ਰਹੀ ਹੈਗੀ ਆ ਬੀਤੇ ਦਿਨਾਂ 'ਚ ਇਹ ਵੀ ਗੱਲ ਸੁਣਨ ਨੂੰ ਮਿਲੀ ਸੀ ਵੀ ਇਹ ਜਿਹੜੀ ਜੰਗ ਆ ਉਹ ਇੱਕ ਥਾਂ ਦੇ ਉੱਤੇ ਸੀਮਤ ਬਣ ਕੇ ਨਹੀਂ ਰਹਿ ਜਾਣੀ ਇਹ ਜਿਹੜੀ ਵਰਲਡ ਵਾਰ ਵੱਲ ਨੂੰ ਗੱਲ ਜਿਹੜੀ ਉਹ ਵੱਧ ਸਕਦੀ ਕਿਉਂਕਿ ਸਾਰੇ ਮੁਲਕਾਂ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੇ ਨਾਲ ਜਿਹੜਾ ਉਹ ਸਟੈਂਡ ਲੈਣਾ ਹੀ ਪੈਣਾ ਹੈ